ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਔਰ ਨਵੇਂ ਅਪਡੇਟ ਪਾਉਣ ਵਾਸਤੇ ਇਸ ਬੈਲ ਆਈਕਨ ਨੂੰ ਦਬਾਓ। ਮਾਨਾ ਕਿ ਹਮ ਇਸ ਜ਼ਮੀਨ ਕੋ ਗੁਲਜ਼ਾਰ ਨਾ ਕਰ ਸਕੇ, ਕੁਛ ਖਾਰ ਕਮ ਹੀ ਕੀਏ ਗੁਜਰੇ ਜਹਾਂ ਸੇ। ਊਧਮ ਸਿੰਘ ਫਾਂਸੀ ਦੇ ਤਖਤੇ ਤੇ ਚੜ ਗਿਆ, ਪਰ ਐਸੇ ਜਜ਼ਬਾਤ ਪੰਜਾਬੀਆਂ ਭਾਰਤ ਵਾਸੀਆਂ ਦੇ ਦਿਲਾਂ ਦੇ ਵਿੱਚ ਭਰ ਗਿਆ ਕਿ ਬਹੁਤਾ ਸਮਾਂ ਨਾ ਲੱਗਿਆ ਭਾਰਤ ਦੇਸ਼ ਆਜ਼ਾਦ ਹੋ ਗਿਆ। ਇਹ ਸੀ ਸਰਦਾਰ ਊਧਮ ਸਿੰਘ ਦੀ ਕੁਰਬਾਨੀ, ਉਹਦਾ ਇਤਿਹਾਸ। ਮੈਂ ਅਰਜ਼ ਕਰਨ ਜਾ ਰਿਹਾ ਹਾਂ ਪੰਜਾਬ ਦੀ ਧਰਤੀ ਵਾਸਤੇ, ਪੰਜਾਬ ਦੀ ਬਨਸਪਤੀ ਵਾਸਤੇ, ਪੰਜਾਬ ਦੀ ਧਰਤੀ ਦੀ ਸੁੰਦਰਤਾ ਲਈ ਕੁਝ ਲੈਣਾ ਪੇਸ਼ ਕਰਨ ਜਾ ਰਿਹਾ ਹਾਂ। ਜਿਵੇਂ ਕਿਸੇ ਔਰਤ ਦਾ ਸੁਹਾਗ ਉਹਦੇ ਪਤੀ ਨਾਲ ਹੋਇਆ ਕਰਦਾ ਹੈ, ਜਿਵੇਂ ਕਿਸੇ ਮਾਂ ਦਾ ਸ਼ਿੰਗਾਰ ਉਹਦੀ ਗੋਦੀ ਵਿੱਚ ਖੇਲਦੇ ਪੁੱਤ ਨਾਲ ਹੋਇਆ ਕਰਦਾ ਹੈ, ਇਵੇਂ ਧਰਤੀ ਦੇ ਉੱਤੇ ਕਲ ਕਲ ਕਰਦੀਆਂ ਨਦੀਆਂ, ਚਰ ਚਰ ਕਰਦੇ ਝਰਨੇ ਅਤੇ ਠੰਡੀ ਮਿੱਠੀ ਛਾਂ ਦਿੰਦੇ ਰੁੱਖ ਇਸ ਧਰਤੀ ਦੇ ਸ਼ਿੰਗਾਰ ਨੂੰ ਚਾਰ ਚੰਨ ਲਾਉਂਦੇ ਨੇ। ਪਰ ਅਫਸੋਸ, ਅੱਜ ਦੇ ਸਮੇਂ ਵਿੱਚ ਰੁੱਖ ਲਾਏ ਘੱਟ ਜਾਂਦੇ ਨੇ ਅਤੇ ਵੱਡੇ ਜ਼ਿਆਦਾ ਜਾਂਦੇ ਨੇ, ਜਿਨ੍ਹਾਂ ਦੀ ਗਿਣਤੀ ਇਤਨੀ ਘੱਟ ਗਈ ਹੈ। ਲੋਕ ਮਹਿਸੂਸ ਕਰਦੇ ਨੇ ਐਸਾ ਸਮਾਂ ਆਵੇਗਾ ਜਦੋਂ ਹਰ ਰੁੱਖ ਦੀ ਛਾਂ ਨੂੰ ਹਰ ਪੰਜਾਬ ਵਾਸੀ, ਹਰ ਦੇਸ਼ ਵਾਸੀ ਤਰਸੇਗਾ। ਕਵੀ ਦੀ ਕਲਮ ਰੋ ਪਈ ਜਦੋਂ ਉਸਨੇ ਇਸ ਦੁਖਾਂਤ ਨੂੰ ਲਿਖਿਆ, ਆਓ ਵੀਰੋ, ਆਓ ਮੇਰੇ ਦੇਸ਼ ਵਾਸੀਓ, ਇਹ ਸਾਡੀ ਪੁਕਾਰ ਨੂੰ ਸੁਣੋ। ਇਸ ਗੀਤ ਦੇ ਰਾਹੀਂ ਤੁਹਾਨੂੰ ਇੱਕ ਪਿਆਰ ਦਾ ਭਰਿਆ ਮਿੱਠਾ ਜਿਹਾ ਸੁਨੇਹ ਦੇਣ ਜਾ ਰਹੇ ਹਾਂ। ਆਓ ਮੇਰੇ ਦੇਸ਼ ਵਾਸੀਓ, ਰੁੱਖ ਲਾਈਏ, ਵਾਂਗ ਪੁੱਤਾਂ ਦੇ ਬਚਾਈਏ।